ਕੇਂਦਰ ਵਿੱਚ ਸੱਤਾਧਾਰੀ ਪਾਰਟੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੂੰ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਉਤਾਰ ਸਕਦੀ ਹੈ। ਕਿਆਸ ਲਗਾਏ ਜਾ ਰਹੇ ਨੇ ਕਿ ਹਰਭਜਨ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਜਪਾ ਲਈ ਲੋਕ ਸਭਾ ਉਮੀਦਵਾਰ ਹੋ ਸਕਦੇ ਨੇ। ਚਰਚਾ ਇਹ ਵੀ ਹੈ ਕਿ ਭੱਜੀ ਨੂੰ ਚੋਣ ਲੜਨ ਲਈ ਹੁਣੇ ਹੁਣੇ ਭਾਜਪਾ 'ਚ ਸ਼ਾਮਿਲ ਹੋਏ ਬੱਲੇਬਾਜ਼ ਗੌਤਮ ਗੰਭੀਰ ਮਨਾ ਸਕਦੇ ਨੇ। ਉੱਧਰ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਭੱਜੀ ਦੇ ਭਾਜਪਾ ਵੱਲੋਂ ਚੋਣ ਲੜਨ ਦੀ ਸੰਭਾਵਨਾ ਨੂੰ ਜਾਇਜ਼ ਠਹਿਰਾਇਆ ਹੈ। ਸਰ, ਹਰਭਜਨ ਸਿੰਘ ਦਾ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਤੋਂ ਭਾਜਪਾ ਦੀ ਸੀਟ ਹੈ, ਹਰਭਜਨ ਸਿੰਘ ਨੂੰ ਜਾ ਰਹੀ ਗੱਲਬਾਤ ਵੀ ਕੀਤੀ ਜਾ ਰਹੀ ਹੈ, ਕਿੱਥੇ ਤੱਕ ਸੱਚਾਈ? ਐਸਾ ਹੈ ਕਿ ਪ੍ਰੋਵੋਕੇਟਿਵ ਹਾਈ ਕਮਾਂਡ ਦਾ ਹੈਗਾ, 125 ਕਰੋੜ ਦੇਸ਼ ਵਾਸੀਆਂ ਤੋਂ ਕੋਈ ਵੀ ਪ੍ਰਤਿਆਸ਼ੀ ਹੋ ਸਕਦਾ। ਬੀਜੇਪੀ ਪਰਿਵਾਰਵਾਦ ਨਹੀਂ ਹੈ, ਬੀਜੇਪੀ ਚ ਮੈਰਿਟ ਦੇ ਉੱਤੇ ਕੋਈ ਵੀ ਪ੍ਰਤਿਆਸ਼ੀ ਬਣ ਸਕਦਾ। ਕਾਂਗਰਸ ਹੈ ਜਿੱਥੇ ਕਿ ਰਿਜ਼ਰਵੇਸ਼ਨ ਹੈ ਫਾਰ ਗਾਂਧੀ ਫੈਮਿਲੀ, ਕਿ ਸੋਨੀਆ ਗਾਂਧੀ ਹੈ, ਰਾਹੁਲ ਗਾਂਧੀ ਹੈ, ਪ੍ਰਿਯੰਕਾ ਗਾਂਧੀ ਹੈ, ਰਾਬਰਟ ਵਡੇਰਾ ਹੈ। ਸੋ ਬੀਜੇਪੀ ਇਜ਼ ਓਪਨ ਫਾਰ ਐਵਰੀਬਾਡੀ, ਇੱਥੇ ਕਾਰਜਕਰਤਾ ਜਿਹੜਾ ਹੈ ਉਹ ਨੇਤਾ ਬੰਦਾ। ਬੀਤੇ ਦਿਨੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਭਾਜਪਾ ਦਾ ਪੱਲਾ ਜਾਪੜਿਆ ਤਾਂ ਹੁਣ ਭਾਜਪਾ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਭਜਨ ਸਿੰਘ ਨੂੰ ਚੋਣ ਲੜਾਉਣ ਦੇ ਸੰਕੇਤ ਦਿੱਤੇ ਗਏ ਨੇ। ਜ਼ਿਕਰਯੋਗ ਹੈ ਕਿ ਹਾਲ ਦੀ ਘੜੀ ਅੰਮ੍ਰਿਤਸਰ ਦੀ ਸੀਟ ਭਾਜਪਾ ਲਈ ਚੁਣੌਤੀ ਬਣੀ ਹੋਈ ਹੈ। 2014 ਵਿੱਚ ਭਾਜਪਾ ਆਗੂ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਕੈਪਟਨ ਹੱਥੋਂ ਮਿਲੀ ਹਾਰ ਤੋਂ ਬਾਅਦ ਭਾਜਪਾ ਇਸ ਸੀਟ ਤੇ ਕੋਈ ਵੀ ਕਮੀ ਨਹੀਂ ਛੱਡਣਾ ਚਾਹੁੰਦੀ। ਅੰਮ੍ਰਿਤਸਰ ਤੋਂ ਸਨੀ ਸੋਹਤਾ, ਪੰਜਾਬੀ ਲੋਕ ਚੈਨਲ।